ਇਹ ਕਰੀਬ 45 ਤੋਂ 50 ਹਜ਼ਾਰ ਦਾ ਫੋਨ ਇਹ ਵਿਦ ਇਨ 24 ਆਵਰ ਹੀ ਸਾਨੂੰ ਮਿਲ ਗਿਆ ਅਸੀਂ ਫਿਰ ਆਪਣੀਆਂ ਫਾਰਮੈਲਿਟੀਜ਼ ਪੂਰੀਆਂ ਕਰਨ ਤੋਂ ਬਾਅਦ ਅੱਜ ਵਾਪਸ ਕਰ ਰਹੇ ਹਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਪੁਲਿਸ ਦਾ ਜਿਨ੍ਹਾਂ ਨੇ ਇੰਨੇ ਐਫਰਟਸ ਨਾਲ ਵੀ ਜਿਹੜਾ ਮੇਰਾ ਫੋਨ ਲੱਭ ਕੇ ਦਿੱਤਾ ਜਲਦੀ ਤੋਂ ਜਲਦੀ ਚੋਰ ਲਗਾਤਾਰ ਚੋਰੀਆਂ ਨੂੰ ਅੰਜਾਮ ਦੇ ਰਹੇ ਨੇ ਦੂਜੇ ਪਾਸੇ ਪੁਲਿਸ ਵੀ ਇਹਨਾਂ ਚੋਰਾਂ ਨੂੰ ਕਾਬੂ ਕਰਨ 'ਚ ਪਿੱਛੇ ਨਹੀਂ ਰਹਿੰਦੀ ਅਜਿਹਾ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਜਿੱਥੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ 'ਚ ਮਰੀਜ਼ਾਂ ਦੇ ਵਾਰਸਾਂ ਦੇ ਮੋਬਾਈਲ ਫੋਨ ਲਗਾਤਾਰ ਚੋਰੀ ਹੋ ਰਹੇ ਨੇ ਇਸੇ ਤਹਿਤ ਹਸਪਤਾਲ 'ਚ ਆਪਣੇ ਮਰੀਜ਼ ਨਾਲ ਆਏ ਨੌਜਵਾਨ ਦਾ ਕਰੀਬ 50,000 ਦਾ ਮੋਬਾਈਲ ਫੋਨ ਚੋਰੀ ਕਰ ਲਿਆ ਗਿਆ ਸੀ ਨੌਜਵਾਨ ਨੇ ਜਿਸ ਦੀ ਕੰਪਲੇਂਟ ਥਾਣਾ ਕੋਤਵਾਲੀ 2 ਵਿੱਚ ਪਹੁੰਚਦੇ ਹੀ ਪੁਲਿਸ ਵੱਲੋਂ ਟੈਕਨੀਕਲ ਵਿਭਾਗ ਦੀ ਮਦਦ ਨਾਲ 24 ਘੰਟਿਆਂ 'ਚ ਮੋਬਾਈਲ ਫੋਨ ਲੱਭ ਕੇ ਉਸ ਨੌਜਵਾਨ ਦੇ ਹਵਾਲੇ ਕਰ ਦਿੱਤਾ ਇਸ ਮੌਕੇ ਜਿਸ ਨੌਜਵਾਨ ਦਾ ਫੋਨ ਚੋਰੀ ਹੋਇਆ ਸੀ ਉਸਨੇ ਪੁਲਿਸ ਦੀ ਇੰਨੀ ਜਲਦੀ ਕਾਰਗੁਜ਼ਾਰੀ ਦੇ ਉੱਤੇ ਧੰਨਵਾਦ ਕਰਦਿਆਂ ਕਿਹਾ ਕਿ ਉਸਨੂੰ 24 ਘੰਟਿਆਂ 'ਚ ਉਸਦਾ ਮੋਬਾਈਲ ਫੋਨ ਵਾਪਸ ਮਿਲ ਗਿਆ ਬਾਈਟਲ ਕਾ ਦੇ ਮੁੰਡੇ ਦੀ ਇਹ ਸਰ ਪਰਸੋਂ ਮੇਰਾ ਫੋਨ ਗੁਆਚਿਆ ਸੀ ਮੈਡੀਕਲ 'ਚ ਅਤੇ ਮੈਂ ਇੱਥੇ ਸਰ ਕੋਲ ਰਿਪੋਰਟ ਕਰਵਾਈ ਸੀ ਅਤੇ ਸਰ ਨੇ ਐਫਰਟਸ ਨਾਲ ਆਪਦੇ ਨਾਲ ਜਲਦੀ ਤੋਂ ਜਲਦੀ ਮੇਰਾ ਫੋਨ ਕਵਰ ਕਰਕੇ ਦਿੱਤਾ ਹੈ ਕਿ ਇਹ ਹੋਊਗਾ 45 ਤੋਂ 50 ਹਜ਼ਾਰ ਦੀ ਕੀਮਤ ਦਾ ਹੈ ਪਰਸੋਂ ਗੁੰਮ ਹੋਇਆ ਸੀ ਪਰਸੋਂ ਸ਼ਾਮ ਦੇ ਤੱਕ ਹੀ ਲੱਭਤਾ ਪਰਸੋਂ ਸੁਬਹਾ ਡਿੱਗਿਆ ਸੀ ਮੇਰੇ ਤੋਂ ਫੋਨ ਗੁੰਮ ਹੋਇਆ ਸੀ ਪਰਸੋਂ ਸ਼ਾਮ ਹੀ ਲੱਭਤਾ ਸੀ ਕਿ ਸਰ ਮੈਂ ਧੰਨਵਾਦ ਕਰਨਾ ਚਾਹੁੰਦਾ ਪੁਲਿਸ ਦਾ ਜਿਨ੍ਹਾਂ ਨੇ ਇੰਨੇ ਐਫਰਟਸ ਨਾਲ ਵੀ ਜਿਹੜਾ ਮੇਰਾ ਫੋਨ ਲੱਭ ਕੇ ਦਿੱਤਾ ਜਲਦੀ ਤੋਂ ਜਲਦੀ ਦੂਜੇ ਪਾਸੇ SHO ਅਮਰਿੰਦਰ ਸਿੰਘ ਦਾ ਕੀ ਕਹਿਣਾ ਤੁਸੀਂ ਆਓ ਉਹ ਵੀ ਸੁਣੋ ਇਹਨਾਂ ਦਾ ਪੇਸ਼ੈਂਟ ਸੀਗਾ ਬੇਟੇ ਦਾ ਕੋਈ ਦਾਖਲ ਇਹਨਾਂ ਦੇ ਮੈਡੀਕਲ ਦੇ ਵਿੱਚ ਉੱਥੇ ਇਹਦਾ ਫੋਨ ਮਿਸਪਲੇਸ ਹੋ ਗਿਆ ਇਹਨੇ ਸਾਨੂੰ ਕੰਪਲੇਂਟ ਕੀਤੀ ਕੰਪਲੇਂਟ ਤੋਂ ਬਾਅਦ ਅਸੀਂ ਟੈਕਨੀਕਲ ਸੈੱਲ ਦੀ ਸਹਾਇਤਾ ਦੇ ਨਾਲ ਫੋਨ ਨੂੰ ਲੱਭ ਕੇ ਅੱਜ ਇਹਦੇ ਹੈਂਡਓਵਰ ਕਰ ਦਿੱਤਾ ਇਹ ਕਰੀਬ 45 ਤੋਂ 50 ਹਜ਼ਾਰ ਦਾ ਫੋਨ ਹੈਗਾ ਸੀਗਾ ਇਹਨਾਂ ਦਾ ਇਹ ਵਿਦ ਇਨ 24 ਆਵਰ ਹੀ ਸਾਨੂੰ ਮਿਲ ਗਿਆ ਅਸੀਂ ਫਿਰ ਆਪਣੀਆਂ ਫਾਰਮੈਲਿਟੀਜ਼ ਪੂਰੀਆਂ ਕਰਨ ਤੋਂ ਬਾਅਦ ਅੱਜ ਵਾਪਸ ਕਰ ਰਹੇ ਹਾਂ ਕਿਸ ਤਰੀਕੇ ਦੇ ਨਾਲ ਸਾਰੀ ਕਾਰਵਾਈ ਤੁਸੀਂ ਪੂਰਾ ਕੀਤਾ ਹੈ ਟੈਕਨੀਕਲ ਸੈੱਲ ਦੀ ਮਦਦ ਲਈ ਹੈ ਕਿਸ ਤਰੀਕੇ ਦੇ ਨਾਲ ਜਿਹੜਾ ਇਹਨਾਂ ਮਿਲਿਆ ਤੁਹਾਨੂੰ ਇਹਨਾਂ ਜੀ ਆਈਫੋਨ ਸੀਗਾ ਆਈ ਕਲਾਊਡ ਦੇ ਇਹਦਾ ਆਪਸ਼ਨ ਹੁੰਦਾ ਆਈ ਕਲਾਊਡ ਦਾ ਆਪਣਾ ਉਹ ਟੈਕਨੀਕਲ ਸੈੱਲ ਦੇ ਨਾਲ ਹੈਲਪ ਲੈ ਕੇ ਉੱਥੇ ਲੋਕੇਸ਼ਨ ਫਾਊਂਡ ਹੋ ਜਾਂਦੀ ਹੈ ਅਤੇ ਅਨਆਡੈਂਟੀਫਾਈਡ ਜਗ੍ਹਾ 'ਤੇ ਪਿਆ ਸੀਗਾ ਉੱਥੋਂ ਅਸੀਂ ਰਿਕਵਰ ਕਰ ਲਿਆ ਔਰ ਇਹਨਾਂ ਦੇ ਹੈਂਡਓਵਰ ਕਰ ਦਿੱਤੇ ਫਰੀਦਕੋਟ ਤੋਂ ਗੁਰਜੀਤ ਰੋਮਾਣਾ ਦੀ ਰਿਪੋਰਟ D5 ਚੈਨਲ ਪੰਜਾਬੀ D5 ਚੈਨਲ ਪੰਜਾਬੀ ਤੇ ਹੋਵੇਗੀ ਪੱਖ ਦੇ ਮੁੱਦਿਆਂ ਦੀ ਗੱਲ ਸਿਆਸੀ ਪਾਰਟੀਆਂ ਨੂੰ ਕਰਾਂਗੇ ਸਵਾਲ ਤਾਂ ਕਿ ਲੋਕ ਮਸਲੇ ਹੋਣ ਹੱਲ 5 ਜੂਨ ਤੋਂ ਲੈ ਕੇ ਆ ਰਹੇ ਹਾਂ ਤੁਹਾਡੇ ਭਰੋਸੇ ਦੇ ਸਾਥੀ D5 ਚੈਨਲ ਪੰਜਾਬੀ ਤੇ ਪੰਜਾਬ ਡਿਬੇਟ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮੀ 6 ਵਜੇ ਤੋਂ 7 ਵਜੇ ਤੱਕ ਵੇਖਣਾ ਨਾ ਭੁੱਲਣਾ ਪੰਜਾਬ ਡਿਬੇਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਫ਼ਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਖੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਰ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ